ਇਹਨਾਂ ਤੋਂ ਕੀ ਆਪਾਂ ਆਸ ਰੱਖਦੇ ਹਾਂ ਜੀ, ਪਰ ਜਿਹੜੀ ਸ਼ਹੀਦਾਂ ਦੀ ਸ਼ਹਾਦਤ ਆ ਜੀ, ਇਹਦਾ ਮੁੱਲ ਤੇ ਚੁਕਾਇਆ ਹੀ ਨਹੀਂ ਜਾ ਸਕਦਾ। ਬਿਲਕੁਲ, ਇਹ ਸ਼ਹੀਦਾਂ ਦੀ ਯਾਦ ਜਿਹੜੀ ਸਦਾ ਪਰਪੱਕ ਰਹੇਗੀ, ਅਤੇ ਇਹ ਸ਼ਹੀਦ ਜਿਹੜੇ ਹੋ ਜਾਂਦੇ ਉਹ ਫਿਰ ਪਰਿਵਾਰਾਂ ਨੂੰ ਪਤਾ ਹੁੰਦਾ ਵੀ ਸ਼ਹੀਦ ਕੀ, ਆਪਾਂ ਤਾਂ ਆਖਦੇ ਨੇ ਯਾਰ ਸ਼ਹੀਦ ਹੋ ਗਏ, ਉੱਥੇ ਆਹ ਮੁੱਲ ਪੈ ਜੂ ਜੀ, ਮੁੱਲ ਤਾਂ ਸੱਚੇ ਪਾਤਸ਼ਾਹ ਦੇ ਘਰ 'ਚ ਵਾ ਜੀ, ਅਤੇ ਉਹ ਬਹੁਤ ਦੁਖਦਾਈ ਗੱਲ ਉਹਦੇ ਹੁੰਦੀ ਆ। ਪਰ ਸਾਡੇ ਧਰਮ ਦੇ ਵਿੱਚ ਕੋਈ ਪਿਛਾਂ ਖਿੱਚੂ ਗੱਲ ਨਹੀਂ ਇਹੋ ਜਿਹੀ ਹੈਗੀ ਜੀ 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 ਜੀ, ਇਹ ਸਾਡਾ ਸਮਾਜ ਸੱਚੇ ਪਾਤਸ਼ਾਹ ਨੇ ਇਹੋ ਜਿਹਾ ਸਿਰਜਿਆ ਵਾ, ਉਹਨਾਂ ਨੇ ਆਪ ਸਾਨੂੰ ਪ੍ਰੈਕਟੀਕਲ ਕਰਕੇ ਦੱਸਿਆ ਸੀ, ਇਸ ਵਾਸਤੇ ਅਸੀਂ ਉਹਨਾਂ ਦੇ ਵਾਰਸ ਹਾਂ, ਸਾਨੂੰ ਇਹੋ ਜਿਹੀ ਕੋਈ ਨਹੀਂ ਪ੍ਰੋਬਲਮ ਐਡੀ ਹੈਗੀ ਜੀ ਜੀ, ਕਿਉਂ ਜਾਣ ਵਾਲੀਆਂ ਚੀਜ਼ਾਂ ਜਿਹੜੀਆਂ ਜਾਂਦੀਆਂ, ਕਿਉਂ ਇਹ ਸਰੀਰ ਬਣੇ ਇਸੇ ਵਾਸਤੇ ਆਉਣ ਜਾਣ ਵਾਸਤੇ, ਪਰ ਜਿਹੜੇ ਜੇ ਆਪਣੇ ਜੰਗ ਦੇ ਵਿੱਚ ਜਾਂ ਸ਼ਹੀਦ ਹੁੰਦੇ ਆ ਜਾਂ ਆਪਣੇ ਕਾਰੋਬਾਰ ਦੇ ਸ਼ਹੀਦ ਹੁੰਦੇ, ਉਹ ਸਦਾ ਯਾਦ ਰਹਿੰਦੇ ਆ, ਯਾਦ ਰਹਿਣਗੇ, ਅਤੇ ਉਹਨਾਂ ਨੂੰ ਸਦਾ ਨਮਸਕਾਰ ਰਹੂਗੀ, ਵਾਹਿਗੁਰੂ ਖਾਲਸਾ ਤੇ ਵਾਹਿਗੁਰੂ ਫਤਿਹ ਵੀ ਰਹੂਗੀ ਜੀ। ਇਹ ਸੱਚੇ ਪਾਤਸ਼ਾਹ ਸਾਡੇ ਬਲਬਤ ਬਖਸ਼ੇ ਆ, ਅਤੇ ਇਹ ਮਤਲਬ ਜੇ ਆਪਾਂ ਇਹ ਘਾਟੇ ਨੂੰ ਪੂਰਾ ਕਰੀਏ, ਘਾਟਾ ਨਹੀਂ ਪੂਰਾ ਸਕਦਾ, ਅਤੇ ਹੋਰ ਜਿਹੜਾ ਮਤਲਬ ਜਿਹੜਾ ਸਫ਼ਰ ਆ ਚੜ੍ਹਦੀ ਕਲਾ 'ਚ ਰਹੂਗਾ ਜੀ। ਹਾਂਜੀ, ਜਿਵੇਂ ਇਹਨਾਂ ਨੇ ਕਿਹਾ ਕਿ ਵੇਖੋ, ਜਿਹੜੇ ਕਿਸੇ ਪਰਿਵਾਰ 'ਚ ਕੋਈ ਜੀ ਜਾਂਦਾ, ਕਿਸੇ ਬੱਚੇ ਦਾ ਪਿਓ ਜਾਂਦਾ ਜਾਂ ਕਿਸੇ ਪਤਨੀ ਦਾ ਪਤੀ ਜਾਂਦਾ, ਉਹ ਘੱਟ ਕਮੀ ਨਹੀਂ ਕਦੀ ਪੂਰੀ ਕੀਤੀ ਜਾ ਸਕਦੀ, ਪਰ ਇੱਕ ਚੀਜ਼ ਆ, ਇੱਕ ਜ਼ਿੰਮੇਵਾਰੀ ਆ ਜਿਹੜੀ ਆਪਾਂ ਸਭ ਨੂੰ ਸਮਝਣੀ ਚਾਹੀਦੀ ਹੈ। ਵੇਖੋ, ਜਿਵੇਂ ਆਪਾਂ ਪੰਜਾਬ, ਹਰਿਆਣਾ ਜਾਂ ਕਿਤੋਂ ਦੇ ਵੀ ਵਾਸੀ ਹਾਂ, ਬਹੁਤ ਸਾਰੇ ਸ਼ਹੀਦ ਨੇ ਉਹ ਸਾਡੇ ਆਸ ਪਾਸ ਤੋਂ ਨੇ, ਸਾਡੇ ਜ਼ਿਲ੍ਹਿਆਂ ਤੋਂ ਨੇ, ਸਾਡੇ ਇਲਾਕੇ ਤੋਂ ਨੇ, ਤਾਂ ਕਿਤੇ ਨਾ ਕਿਤੇ ਅੰਦੋਲਨ ਤੋਂ ਬਾਅਦ ਵੀ ਅਸੀਂ ਜ਼ਿੰਮੇਵਾਰੀ ਸਮਝ ਕੇ ਉਹਨਾਂ ਪਰਿਵਾਰਾਂ ਦੇ ਨਾਲ ਰਾਬਤਾ ਕਾਇਮ ਰੱਖੀਏ, ਜਿੰਨੀ ਵੀ ਕਿਸੇ ਦੀ ਕੋਈ ਕਿਸੇ ਤਰ੍ਹਾਂ ਦੀ ਮਦਦ ਹੋ ਸਕਦੀ ਹੈ, ਕਿਉਂਕਿ ਕਿਸੇ ਨੂੰ ਵਾਪਸ ਨਹੀਂ ਲਿਆਂਦਾ ਜਾ ਸਕਦਾ, ਪਰ ਉਹਦੀ ਕਮੀ ਮਤਲਬ ਪੂਰੀ ਕਰਨ ਲਈ ਜੋ ਚੀਜ਼ਾਂ ਬਣਦੀਆਂ ਨੇ ਕਿਸੇ ਵੀ ਤਰ੍ਹਾਂ ਦੀ ਮਦਦ, ਉਹ ਸਾਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਉਹ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ, ਇਹ ਸਾਡਾ ਮੁੱਢਲਾ ਫਰਜ਼ ਹੈ। ਅਤੇ ਹਾਂ, ਇਹ ਇੱਕ ਕੌਮ ਦੀ, ਚਾਹੇ ਉਹ ਸਿੱਖ ਕੌਮ ਦੀ